ਕਿਰਿਆਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਅਚਾਨਕ ਇਸ ਮਸ਼ਹੂਰ ਹਸਤੀ ਦੀ ਹੋਈ ਮੌਤ ਦੇਸ਼ ਵਿਦੇਸ਼ ਚੋਂ ਸ਼ਾਈ ਸੋਗ ਦੀ ਲਹਿਰ ਪੂਰੀ ਵੀਡੀਓ ਦੋਸਤੋ ਅੰਤ ਤੱਕ ਦੇਖ ਲਿਓ ਤਾਂ ਜੋ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਸਕੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਇਸ ਸਾਲ ਦੇ ਇਹਨਾਂ 2 ਮਹੀਨਿਆਂ ਦੇ ਵਿੱਚ ਅਜਿਹੇ ਹਾਦਸੇ ਸਾਹਮਣੇ ਆਏ ਹਨ ਜਿਨ੍ਹਾਂ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ ਇੱਕ ਤੋਂ ਬਾਅਦ ਇੱਕ ਮਹਾਨ ਸ਼ਖਸੀਅਤਾਂ ਸਾਡੇ ਤੋਂ ਦੂਰ ਹੋ ਗਈਆਂ ਹਨ ਕੁਝ ਕਰੋਨਾ ਦੀ ਭੇਟ ਚੜ ਗਏ ਕੁਝ ਸੜਕ ਹਾਦਸੇ ਤੇ ਬਿਮਾਰੀਆਂ ਦੇ ਕਾਰਨ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਹਨ ਹੁਣ ਪੰਜਾਬ ਦੀ ਇੱਕ ਮਹਾਨ ਸ਼ਖਸੀਅਤ ਮਹਾਨ ਹਸਤੀ ਦੀ ਹੋਈ ਅਚਾਨਕ ਮੌਤ ਦੇ ਕਾਰਨ ਸੋਗ ਦੀ ਲਹਿਰ ਫੈਲ ਗਈਆ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਧਾਰਮਿਕ ਜਗਤ ਤੋਂ ਇੱਕ ਵਾਰ ਫਿਰ ਸੋਗ ਦੀ ਖਬਰ ਸਾਹਮਣੇ ਆਈ ਹੈ ਇਸ ਸਾਲ ਦੇ ਵਿੱਚ ਬਹੁਤ ਸਾਰੀਆਂ ਸ਼ਖਸੀਅਤਾਂ ਸਾਡੇ ਤੋਂ ਵਿਛੜ ਗਈਆਂ ਸੰਤ ਹਰੀਦਾਸ ਉਦਾਸੀਨ ਆਸ਼ਰਮ ਕਪੂਰ ਟੋਪਰ ਅੱਡਾ ਕਠਾਰ ਦੇ ਸੰਚਾਲਕ सुरेंद्र ਦਾਸ ਜੀ ਦੇ ਅਕਾਲ ਚਲਾਣੇ ਦੀ ਖਬਰ ਸਾਹਮਣੇ ਆਈ ਹੈ 8 ਫਰਵਰੀ 1960 ਨੂੰ ਜਨਮੇ ਸੰਤ सुरेंद्र ਦਾਸ ਦੀ 61 ਸਾਲਾਂ ਦੇ ਸਨ ਉਹਨਾਂ ਦੀ ਫੋਟੋ ਤੁਹਾਡੇ ਫੋਨ ਦੀ ਡਿਸਪਲੇ ਦੇ ਉੱਪਰ ਸ਼ੋਅ ਹੋ ਰਹੀ ਹੈ ਉਨ੍ਹਾਂ ਦਾ ਦਿਹਾਂਤ ਦਿਲ ਦਾ ਦੌਰਾ ਪੈਣ ਕਰਨ ਹੋਇਆ ਉਹ ਜਲੰਧਰ ਦੇ ਪਟੇਲ ਹਸਪਤਾਲ ਦੇ ਵਿੱਚ ਜੇਰੇ ਇਲਾਜ ਸਨ ਜਿੱਥੇ ਉਨ੍ਹਾਂ ਦੇ ਦਿਹਾਂਤ ਦੀ ਖਬਰ ਸੁਣਦੇ ਹੀ ਡੇਰਾ ਬੱਲਾਂ ਦੇ ਗੱਦੀ ਨਿਸ਼ੀਨ ਸੰਤ ਨਿਰੰਜਨ ਦਾਸ ਡੇਰਾ ਚੱਕ ਲਾਧੀਆਂ ਦੇ ਸੰਤ ਗੁਰਬਚਨ ਦਾਸ ਡੇਰਾ ਸ਼ਾਮ 84 ਦੇ ਸੰਤ ਹਰ ਚਰਨ ਦਾਸ ਕਪੂਰਥਲਾ ਦੇ ਸੈਸ਼ਨ ਜੱਜ ਕੁਸ਼ੋਰ ਕੁਮਾਰ ਕਠਾਰ ਹਸਪਤਾਲ ਦੇ ਮੈਨੇਜਰ ਰਮੇਸ਼ ਸਿੰਘ ਪੱਟੀ ਨਾਇਬ ਤਹਿਸੀਲਦਾਰ ਮਨੋਹਰ ਲਾਲ ਅਤੇ ਹੋਰ ਕਈ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਤੁਰੰਤ ਉਹਨਾਂ ਦੇ ਆਸ਼ਰਮ ਪੁੱਜੇ ਹਨ ਉਦਾ ਦਾ ਸੰਸਕਾਰ 9 ਮਾਰਚ ਨੂੰ ਕੀਤਾ ਜਾਵੇਗਾ ਤੇ ਹਰੀ ਉਦਾਸ ਉਦਾਸਨ ਆਸ਼ਰਮ ਕਪੂਰ ਟੇਪੁਰ ਅੱਡਾ ਕਠਾਰ ਦੇ ਵਿਖੇ ਕੀਤਾ ਜਾਵੇਗਾ ਗੁਰੂ ਰਵਦਾਸ ਸੰਪਰਦਾਏ ਦੇ ਪ੍ਰਧਾਨ ਬਾਬਾ ਨਿਰਮਲ ਦਾਸ ਨੇ ਸੰਤ ਸੁਰਿੰਦਰ ਦਾਸ ਦੇ ਅਕਾਲ ਚਲਾਣੇ ਨੂੰ ਰਵਦਾਸੀਆ ਕੌਮ ਦੇ ਲਈ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਦੱਸਿਆ ਸੋ ਵੱਡੀ ਦੁਖਦਾਈ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਦੋਸਤੋ